ਗੱਲ ਯੂਕੇ ਸਟੱਡੀ ਵੀਜ਼ਾ ਦੀ ਕਰਾਂਗੇ। ਚਾਹੇ ਕਿ ਸਪਾਊਸ ਵੀਜ਼ਾ ਬੰਦ ਕਰ ਦਿੱਤਾ ਗਿਆ ਆਉਣ ਵਾਲੇ ਜਿਹੜੇ ਹੁਣ ਨਵੇਂ ਸਾਲ ਦੇ ਨਾਲ, ਪਰ ਫਿਰ ਵੀ ਇੱਕ ਚੰਗੀ ਡੈਸਟੀਨੇਸ਼ਨ ਆਪਾਂ ਯੂਕੇ ਨੂੰ ਜ਼ਰੂਰ ਦੇਖ ਸਕਦੇ ਹਾਂ ਸਟੱਡੀ ਵੀਜ਼ਾ ਦੇ ਲਈ। ਬਹੁਤ ਸਾਰੇ ਅੱਛੇ ਬੈਨੀਫਿਟਸ ਵੀ ਯੂਕੇ ਵੱਲੋਂ ਮਿਲਦੇ ਨੇ ਸਟੂਡੈਂਟਸ ਨੂੰ, ਤਾਂ ਕਿ ਸਟੂਡੈਂਟਸ ਉੱਥੇ ਜਾ ਕੇ ਵਧੀਆ ਪੜ੍ਹਾਈ ਕਰਨ। ਜੈਨੂਇਨ ਸਟੂਡੈਂਟ ਦੇ ਉੱਪਰ ਖਾਸ ਤੌਰ 'ਤੇ ਫੋਕਸ ਕੀਤਾ ਜਾਂਦਾ ਹੈ ਯੂਕੇ ਵੱਲੋਂ, ਅਤੇ ਉਹਨਾਂ ਨੂੰ ਅੱਗੋਂ ਫਿਊਚਰ ਸੈਟਲਮੈਂਟ ਲਈ ਵੀ ਚੰਗੇ ਮੌਕੇ ਦਿੱਤੇ ਜਾਂਦੇ ਨੇ। ਅੱਜ ਆਪਾਂ ਗੱਲ ਯੂਕੇ ਦੀ ਇਸ ਲਈ ਵੀ ਜ਼ਿਆਦਾ ਕਰਾਂਗੇ ਕਿਉਂਕਿ ਹੁਣ ਦੇ ਟ੍ਰੈਂਡ ਦੀ ਜੇਕਰ ਗੱਲ ਕਰੀਏ, ਜਦੋਂ ਅਸੀਂ ਆਸਟ੍ਰੇਲੀਆ ਦੇਖ ਰਹੇ ਹਾਂ ਸਟ੍ਰਿਕਟ ਹੁੰਦਾ ਜਾ ਰਿਹਾ ਟਾਈਮ ਟੂ ਟਾਈਮ, ਕੈਨੇਡਾ ਦੇਖ ਰਹੇ ਹਾਂ GIC ਜੋ ਹੈ ਡਬਲ ਹੋ ਰਹੀ ਹੈ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ, ਤਾਂ ਯੂਕੇ ਜਿੱਥੇ ਪੋਜ਼ਿਟਿਵ ਰਿਜ਼ਲਟਸ ਤਾਂ ਆਲਰੇਡੀ ਆਪਾਂ ਦੇਖਦੇ ਹੀ ਹਾਂ, ਅਤੇ ਨਾਲ ਦੀ ਨਾਲ ਇੱਕ ਚੰਗੀ ਆਪਸ਼ਨ ਵਾਲੀ ਕੰਟਰੀ ਆਪਾਂ ਮੰਨਦੇ ਹਾਂ। ਸੋ ਇਸ ਉੱਪਰ ਗੱਲ ਕਰਾਂਗੇ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਅਤੇ ਯੂਕੇ ਸਟੱਡੀ ਵੀਜ਼ਾ ਨੂੰ ਲੈ ਕੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ। ਸੋ ਮੈਮ, ਜਿੱਥੇ ਬਾਕੀ ਕੰਟਰੀਜ਼ ਦੀ ਆਪਾਂ ਗੱਲ ਕਰ ਰਹੇ ਹਾਂ, ਜੋ ਮੈਂ ਸ਼ੁਰੂਆਤ 'ਚ ਗੱਲ ਕੀਤੀ ਕੈਨੇਡਾ ਔਰ ਆਸਟ੍ਰੇਲੀਆ ਨੂੰ ਲੈ ਕੇ, ਇਹਨਾਂ ਕੰਟਰੀਜ਼ ਦੇ ਨਵੇਂ ਅਪਡੇਟਸ ਤੋਂ ਬਾਅਦ ਯੂਕੇ ਨੂੰ ਕਿਵੇਂ ਦੇਖਿਆ ਜਾਏ ਹੁਣ? ਦੇਖੋ, ਯੂਕੇ ਦੀ ਕਦੀ ਵੀ ਡਿਮਾਂਡ ਘੱਟ ਨਹੀਂ ਹੋਏਗੀ ਵਰਲਡ ਦੇ ਵਿੱਚ। ਜੇ ਐਜੂਕੇਸ਼ਨ ਵਾਈਜ਼ ਗੱਲ ਕਰੀਏ ਤਾਂ USA ਐਂਡ ਯੂਕੇ ਦੀ ਯੂਨੀਵਰਸਿਟੀਆਂ ਬੈਸਟ ਯੂਨੀਵਰਸਿਟੀਜ਼ ਹੈ, ਬਹੁਤ ਜ਼ਿਆਦਾ ਯੂਨੀਵਰਸਿਟੀਜ਼ ਹੈ, ਔਰ ਐਜੂਕੇਸ਼ਨ ਵਾਈਜ਼ ਇਹਨਾਂ ਦਾ ਸਟੈਂਡਰਡ ਬਹੁਤ ਅੱਛਾ ਸਟੈਂਡਰਡ ਹੈ। ਜੇ ਸਿੰਗਲ ਸਟੂਡੈਂਟ ਜਾਂਦਾ ਹੈ ਮਾਸਟਰਸ ਵਾਸਤੇ ਜਾ ਰਿਹਾ, ਅਤੇ ਉਹ ਜਸਟ ਇੱਕ 1 ਈਅਰ ਦੀ ਮਾਸਟਰਸ ਹੈ। ਹੁਣ ਤੁਸੀਂ ਗੱਲ ਕਰੋ, IT ਦਾ ਵਿੱਚ ਇੰਨਾ ਰੈਵੋਲਿਊਸ਼ਨ ਹੋ ਰਿਹਾ, ਚਾਹੇ ਸਾਈਬਰ ਸਿਕਿਉਰਿਟੀ ਹੋਏ, ਬਿਗ ਡਾਟਾ ਹੋਏ, ਜਾਂ ਆਰਟੀਫਿਸ਼ਲ ਇੰਟੈਲੀਜੈਂਸ ਹੋਏ, ਕੋਈ ਵੀ ਪ੍ਰੋਗਰਾਮ ਹੋਏ, ਉਹ ਜੋ 1 ਈਅਰ ਦਾ ਮਿਲ ਜਾਏ ਤਾਂ ਉਹਨਾਂ ਦਾ ਖਰਚਾ ਸਟੂਡੈਂਟ ਦਾ ਅੱਧਾ ਹੋ ਜਾਂਦਾ ਹੈ। ਨਰਸਿੰਗ ਹੈ, ਨੈਚੁਰਲ ਹੈ, ਆਇਲਸ ਤੁਹਾਨੂੰ ਜਿਹੜੀ ਹੈ ਉਹ ਚਾਹੀਦੀ ਹੈ ਅੱਛੀ, ਬਟ UK ਵਿੱਚ 7 ਬੈਂਡ ਨੋਟ ਲੈਸ ਦੈਨ 6.5 'ਚ ਤੁਸੀਂ ਅਪਲਾਈ ਕਰ ਸਕਦੇ ਹੋ, ਜਦਕਿ ਆਸਟ੍ਰੇਲੀਆ ਵਿੱਚ 7 ਈਚ ਵਿੱਚ ਕਰਦੇ ਹੋ ਤੁਸੀਂ। ਉਹ ਵੀ ਜੇ 1 ਈਅਰ ਦਾ ਮਿਲ ਜਾਏ ਤਾਂ ਤੁਹਾਡੇ ਮਾਸਟਰਸ ਹੋ ਗਈ, ਅਤੇ ਹਾਊ ਮੱਚ ਯੂ ਆਰ ਅਰਨਿੰਗ ਵਿਦ ਦੈਟ, ਹੈ ਨਾ। ਜਾਂ ਤੁਸੀਂ 10-12 ਲੱਖ 13 ਲੱਖ ਰੁਪਏ, ਅੱਛਾ, ਮੇਰੇ ਕੋਲ UK ਦੇ ਵਿੱਚ ਕੁਛ ਇੱਦਾਂ ਦੀ ਯੂਨੀਵਰਸਿਟੀਆਂ ਜਿਹੜੀ ਨਰਸਿੰਗ ਪ੍ਰੋਗਰਾਮ, ਬੈਚੁਲਰ ਆਫ ਨਰਸਿੰਗ ਜੇ ਤੁਸੀਂ ਜਾਣਾ ਚਾਹ ਰਹੇ ਹੋ, ਆਇਲਸ ਤੁਹਾਡੇ ਨੈਚੁਰਲ ਹੈ ਕਿ 7 ਚਾਹੀਦੇ ਹੈ, ਨੋਟ ਲੈਸ ਦੈਨ 6.5, ਟੋਟਲ ਫਰੀ ਜਿਹੜਾ ਤੁਸੀਂ ਨਰਸਿੰਗ ਪ੍ਰੋਗਰਾਮ ਕਰ ਸਕਦੇ ਹੋ। ਹੁਣ ਸਟੂਡੈਂਟ ਦਾ ਇੱਕ ਇਹ ਹੋਏਗਾ ਕਿ ਟੋਟਲ ਫਰੀ ਨਰਸਿੰਗ ਕਿੱਦਾਂ ਹੋ ਜਾਏਗੀ, ਕਿਉਂਕਿ NHS ਉਹਨੂੰ ਸਪੋਂਸਰ ਕਰ ਰਿਹਾ ਉਸ ਪ੍ਰੋਗਰਾਮ ਨੂੰ, ਅਤੇ ਤੁਸੀਂ 3 ਈਅਰਸ ਦੀ ਜਿਹੜੀ ਸਟੱਡੀ ਟੋਟਲ ਫਰੀ ਕਰ ਸਕਦੇ ਹੋ। ਖਾਲੀ ਲਿਵਿੰਗ ਐਕਸਪੈਂਸਿਸ ਤੁਹਾਡੇ ਆਪਦੇ ਹੋਣਗੇ, ਜਿਹੜੇ ਰਹਿਣ ਸਹਿਣ ਦੇ ਖਰਚੇ, ਔਰ ਜਿਹੜਾ ਅੰਬੈਸੀ 'ਚ ਵੀ ਦਿਖਾਉਣਾ ਉਹ ਖਾਲੀ ਰਹਿਣ ਦਾ ਖਰਚਾ ਦਿਖਾਉਣਾ, ਬਿਕੋਜ਼ ਤੁਹਾਨੂੰ NHS ਪੇ ਕਰ ਰਹੀ ਹੈ ਤੁਹਾਡੇ ਵਾਸਤੇ ਜਿਹੜਾ ਪੜ੍ਹਾਈ ਦਾ। ਅਤੇ ਟੋਟਲ ਫਰੀ UK ਦੇ ਵਿੱਚ ਨਰਸਿੰਗ ਕੋਰਸ, ਇਸ ਤੋਂ ਜ਼ਿਆਦਾ ਤੁਹਾਨੂੰ ਵਧੀਆ ਮੌਕਾ ਨਹੀਂ ਮਿਲ ਸਕਦਾ ਨਰਸਿੰਗ ਸਟੂਡੈਂਟਸ ਵਾਸਤੇ, ਇੱਕ ਇਹ ਵੀ ਅੱਛਾ ਮੌਕਾ ਹੈ। ਔਰ ਜਿਹੜੀ ਵੀ ਇਹ ਕੁਆਲੀਫਿਕੇਸ਼ਨ ਹੈ ਉਹ 1 ਈਅਰ ਦੀ ਹੈ, ਇਸ ਕਰਕੇ ਬੱਚਿਆਂ ਦਾ ਕਾਫੀ ਜਿਹੜਾ ਸਮਾਂ ਬਚਦਾ UK ਪੜ੍ਹਾਈ ਕਰਕੇ। ਐਂਡ ਪੋਸਟ ਸਟੱਡੀ ਵਰਕ ਪਰਮਿਟ ਹਜੇ 2 ਈਅਰਸ ਦਾ ਚੱਲ ਹੀ ਰਿਹਾ, ਅਤੇ 1 ਸਾਲ ਤੁਸੀਂ ਪੜ੍ਹਾਈ ਕੀਤੀ। ਯੂਨੀਵਰਸਿਟੀ ਫੀਸ ਜਿਹੜੀ ਹੈ £10,000 ਤੋਂ ਲੈ ਕੇ, ਆਨ ਐਨ ਐਵਰੇਜ ਦੀ ਆਪਾਂ ਗੱਲ ਕਰ ਰਹੇ ਹਾਂ, ਆਪਾਂ ਹਾਇਰ ਸਾਈਡ ਨਹੀਂ ਜਾ ਰਹੇ, ਜਾਂ ਪੜ੍ਹਨ ਵਾਲੇ ਬੱਚੇ ਤਾਂ ਉਹਨਾਂ ਦੇ ਵਾਸਤੇ ਤਾਂ ਬਹੁਤ, ਮਤਲਬ ਬੱਚਾ ਤਾਂ ਪੜ੍ਹਨ ਨਹੀਂ ਜਾ ਰਿਹਾ, ਬਟ ਕੁਆਲਿਟੀ ਸਟੂਡੈਂਟ ਕੋਈ ਪਰਟੀਕੁਲਰ ਕੋਰਸ ਕਰਨਾ
ਉਹਦੀ ਤਾਂ ਫੀ 23-24-25 ਲੱਖ ਵੀ ਹੋ ਸਕਦੀ ਹੈ। ਬਟ ਇੱਕ ਐਵਰੇਜ ਸਟੂਡੈਂਟ ਦੀ ਗੱਲ ਕਰੀਏ ਜਿਹੜਾ ਇੰਟਰਨੈਸ਼ਨਲ ਐਕਸਪੋਜ਼ਰ ਲੈਣਾ ਚਾਹ ਰਹੇ ਹੈ ਔਰ ਉੱਥੇ ਜਾ ਕੇ ਮਤਲਬ ਇੱਕ ਐਵਰੇਜ ਫੀਸ 'ਚ ਜਾਣਾ ਚਾਹੁੰਦੇ ਆ ਤਾਂ £10,000 ਤੋਂ ਲੈ ਕੇ 15,000-15,000 pounds 'ਚ ਉਹਨਾਂ ਨੂੰ ਯੂਨੀਵਰਸਿਟੀਆਂ ਮਿਲ ਜਾਂਦੀਆਂ। ਜੀ ਜੀ ਬਿਲਕੁਲ। ਸੋ ਮੈਮ ਜਿਵੇਂ ਤੁਸੀਂ ਫ੍ਰੀ ਨਰਸਿੰਗ ਕੋਰਸ ਬਾਰੇ ਵੀ ਗੱਲ ਕੀਤੀ ਹੈ, ਪਰ ਮੈਂ ਨਾਲ ਦੀ ਨਾਲ ਜ਼ਰੂਰ ਜਾਣਨਾ ਚਾਹੂੰਗੀ UK ਦੀ ਜਦੋਂ ਆਪਾਂ ਗੱਲ ਕਰਦੇ ਹਾਂ ਸਪੈਸ਼ਲੀ, ਹੋਰ ਕਿਹੜੀ ਕਿਹੜੀ ਫੀਲਡ ਵਾਲਿਆਂ ਨੂੰ ਅਸੀਂ ਕਹਾਂਗੇ ਕਿ ਉਹਨਾਂ ਲਈ ਬੈਸਟ ਆਪਸ਼ਨਸ UK ਵੱਲੋਂ ਮਿਲ ਰਹੀਆਂ ਨੇ? UK ਵੱਲੋਂ ਬੈਸਟ ਆਪਸ਼ਨ ਫੀਲਡ ਦੀ ਜੇ ਤੁਸੀਂ ਗੱਲ ਕਰੋ, ਦੈਟ ਮੀਨਸ ਕੋਰਸ ਵਾਈਜ਼ ਅਤੇ ਕੋਰਸਿਸ ਤਾਂ ਸਾਰੇ ਹੀ ਕੋਰਸਿਸ ਆਪਾਂ ਦੇਖੀਏ UK ਦੇ ਫੇਮਸ ਹੈ, ਵੈਦਰ ਇਟਸ ਟੈਕਨੋਲੋਜੀ, ਮਕੈਨੀਕਲ ਇੰਜੀਨੀਅਰਿੰਗ, ਔਰ ਕੋਈ ਮਰਜ਼ੀ ਇੰਜੀਨੀਅਰਿੰਗ ਲੈ ਲਓ, ਵਰਲਡ ਵਾਈਡ ਇੰਜੀਨੀਅਰਿੰਗ ਦੇ ਕੋਰਸਿਸ ਆਲਵੇਜ਼ ਫੇਮਸ ਹੈ। ਹੈਲਥ ਸਾਇੰਸ ਔਰ ਨਰਸਿੰਗ, ਤੁਹਾਨੂੰ ਪਤਾ ਇਸ ਟਾਈਮ ਆਲ ਓਵਰ ਵਰਲਡ ਜਿਹੜੇ ਨਰਸਿੰਗ ਦਾ ਹਜੇ ਚੱਲਣਾ, ਕਾਫੀ ਲੰਬਾ ਸਮਾਂ ਚੱਲਣਾ ਹੈ ਨਰਸਿੰਗ ਦਾ, ਉਹ ਕੋਰਸਿਸ ਬਹੁਤ ਜ਼ਿਆਦਾ ਫੇਮਸ ਹੈ। ਔਰ UK ਦਾ ਜਿਹੜਾ ਟੌਪ 'ਤੇ ਚੱਲਦਾ MBA ਪ੍ਰੋਗਰਾਮ, ਕਿਉਂਕਿ MBA ਪ੍ਰੋਗਰਾਮ ਜਿਹੜਾ UK ਦਾ ਆਲ ਓਵਰ ਵਰਲਡ ਜਿਹੜਾ ਰਿਕਗਨਾਈਜ਼ਡ ਹੈ, ਐਕਸਪੋਜ਼ਰ ਹੈ ਉਸ ਪ੍ਰੋਗਰਾਮ 'ਚ। ਔਰ ਸੈਕਿੰਡ ਉਹ ਇੱਕ ਇਹ ਵੀ ਬੈਨੀਫਿਟ ਹੈ ਸਟੂਡੈਂਟ ਨੂੰ ਕਿ ਉਹ 1 ਈਅਰ 'ਚ ਜਿਹੜਾ ਕਰਾ ਦਿੰਦੇ, ਬਾਕੀ ਕੰਟਰੀਜ਼ ਆਲਮੋਸਟ 2 ਈਅਰਸ 'ਚ ਕਰਾਉਂਦੀਆਂ, ਅਤੇ ਇਹ ਵੀ ਬੈਨੀਫਿਟ ਮਿਲਦਾ। ਚਲੋ ਠੀਕ ਹੈ। ਸੋ UK ਵੱਲੋਂ ਦੇਖੋ ਮੈਮ ਨੇ ਜਿਵੇਂ ਡਿਟੇਲ ਵਿੱਚ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ, ਢੇਰ ਸਾਰੇ ਬੈਨੀਫਿਟਸ UK ਵੱਲੋਂ ਜ਼ਰੂਰ ਤੁਹਾਨੂੰ ਹਾਲ ਦੀ ਘੜੀ ਵਿੱਚ ਵੀ ਮਿਲ ਰਹੇ ਨੇ। ਸੋ ਚਾਹੇ ਕਿ ਆਪਾਂ ਸਪਾਊਸ ਵੀਜ਼ਾ ਦੇ ਉੱਪਰ ਕਰਦੇ ਹਾਂ, ਚਾਹੇ ਕਿ ਸਪਾਊਸ ਵੀਜ਼ਾ ਨੂੰ ਲੈ ਕੇ ਅਪਡੇਟ ਹੈ ਉਹ ਨਾਲ ਨਹੀਂ ਲੈ ਕੇ ਜਾ ਸਕਦੇ ਹਾਂ, ਪਰ ਬਾਵਜੂਦ ਇਸਦੇ ਜਿਹੜੇ ਸਟੂਡੈਂਟਸ ਪ੍ਰੋਪਰ ਆਪਣੀ ਸਟੱਡੀ 'ਤੇ ਫੋਕਸ ਕਰਨਾ ਚਾਹੁੰਦੇ ਨੇ, ਸਟੱਡੀ ਵੀਜ਼ਾ 'ਤੇ ਅੱਗੇ ਵਧਣਾ ਚਾਹੁੰਦੇ ਨੇ UK, ਤਾਂ ਉਹਨਾਂ ਕੋਲ ਢੇਰ ਸਾਰੀਆਂ ਆਪਸ਼ਨ, ਚੰਗੀਆਂ ਆਪਸ਼ਨਸ ਅੱਜ ਵੀ UK ਵੱਲੋਂ ਨੇ। ਸੋ ਹੋਰ ਕੋਈ ਸਵਾਲ ਹੋਵੇ ਤੁਹਾਡਾ, ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਬਹੁਤ ਬਹੁਤ ਥੈਂਕਸ ਮੈਮ, ਇਹ ਸਾਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਦੇ ਨਾਲ ਸਾਂਝੀ ਕੀਤੀ ਹੈ, ਅਤੇ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।